ਹਾਂਜੀ ਚਰਨਜੀਤ ਜੀ ਕਦੋਂ ਹੋਇਆ ਸੀ ਤੁਹਾਡਾ ਮਿਨੀ ਗੈਸਟ੍ਰਿਕ ਬਾਈਪਾਸ 2010 ਚ ਹੋਇਆ ਸੀ ਕਿੰਨਾ ਭਾਰ ਸੀ ਤੁਹਾਡਾ ਉਦੋਂ ਟੌਕਸੀ ਸੀਗਾ 1.47 ਕਿਲੋ ਦੇ ਕਰੀਬ ਮੈਕਸੀਮਮ ਵੇਟ ਫਿਰ ਤੁਸੀਂ ਘਟਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਕੋਈ ਡਾਇਟਿੰਗ ਡੂਟਿੰਗ ਕੀਤੀ ਜੀ ਅਤੇ ਰਨਿੰਗ ਰੁਨਿੰਗ ਕਰਦਾ ਰਿਹਾ ਫਿਰ ਹੋਇਆ ਨਹੀਂ ਬਾਅਦ 'ਚ ਫਿਰ ਸਰਜਰੀ ਕੀਤੀ ਇੱਥੇ ਆਉਣ ਤੋਂ ਪਹਿਲਾਂ ਕਿੰਨਾ ਭਾਰ ਸੀ ਤੁਹਾਡਾ ਉਦੋਂ 1.30 ਕਿਲੋ ਸੀ ਜਦੋਂ ਮੇਰੀ ਸਰਜਰੀ ਹੋਈ ਅਤੇ ਅੱਜ ਕਿੰਨਾ ਅੱਜ 73 ਕਿਲੋ ਹੈ ਅੱਛਾ ਜੀ ਅਤੇ ਪਹਿਲਾਂ ਦੀ ਲਾਈਫ ਅਤੇ ਹੁਣ ਦੀ ਲਾਈਫ 'ਚ ਤੁਹਾਨੂੰ ਕੀ ਡਿਫਰੈਂਸ ਲੱਗਦਾ ਬਹੁਤ ਈਜ਼ੀ ਫੀਲ ਕਰਦਾ ਜੀ ਮੈਂ ਕਿਹਾ ਪਹਿਲਾਂ ਸਾਹ ਚੜ੍ਹਦਾ ਸੀ ਸਾਹ ਚੜ੍ਹਦਾ ਸੀ ਤੁਰਿਆ ਫਿਰਿਆ ਨਹੀਂ ਜਾਂਦਾ ਸੀ ਘਰਾੜੇ ਬਹੁਤ ਵੱਜਦੇ ਸੀ ਸਿੱਧਾ ਨਹੀਂ ਪਿਆ ਜਾਂਦਾ ਸੀ ਅੱਛਾ ਜੀ ਹੁਣ ਇਹ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਹੁਣ ਨਾ ਘਰਾੜੇ ਵੱਜਦੇ ਆ ਨਾ ਸਾਹ ਚੜ੍ਹਦਾ ਆ ਸਾਰਾ ਆਪਣਾ ਕੰਮ ਕਰਦੇ ਹੋ ਆਰਾਮ ਨਾਲ ਹਾਂ ਪੂਰਾ ਅੱਜ ਕੰਮ ਕਰਦਾ ਵਧੀਆ ਜੀ ਅੱਗੇ ਨਾਲ ਜਿੱਦਾਂ ਤੁਹਾਨੂੰ ਜਿੱਦਾਂ ਤੁਹਾਡੇ 2 ਸਾਲ ਹੋ ਗਏ ਆਪਰੇਸ਼ਨ ਕਰਾਏ ਨੂੰ ਹਾਂਜੀ ਤੇ ਤੁਹਾਨੂੰ ਕਦੇ ਉਲਟੀ ਦੀ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਕਈ ਵਾਰੀ ਜੇ ਇੱਕ ਜਾਂ 2 ਵਾਰੀ ਕਈ ਵਾਰੀ ਗਲਤੀ ਨਾਲ ਤੇਜ਼ ਖਾਧਾ ਜਾਂਦਾ ਉਹਦੇ ਨਾਲ ਹੋ ਜਾਂਦੀ ਬਾਕੀ ਉਹ ਨਹੀਂ ਕੋਈ ਕਾਰਨ ਅਤੇ ਇਸ ਓਪਰੇਸ਼ਨ ਤੋਂ ਬਾਅਦ ਜਿਵੇਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀਗਾ ਤੁਸੀਂ ਕੈਲਸ਼ੀਅਮ ਵਿਟਾਮਿਨ ਆ ਰਹੇ ਹੋ ਉਹ ਪ੍ਰੋਪਰ ਖਾ ਰਹੇ ਹੋ ਪ੍ਰੋਪਰ ਲੈ ਰਹੇ ਹੋ ਡਾਈਟ ਕਿੱਦਾਂ ਤੁਹਾਡੀ ਨਾਰਮਲ ਡਾਈਟ ਚੱਲਦੀ ਹੈ ਆ ਨਾਰਮਲ ਜੀ ਵਧੀਆ ਅੱਛਾ ਜੀ ਮਤਲਬ ਕੋਈ ਪ੍ਰੋਬਲਮ ਨਹੀਂ ਆ ਰਹੀ ਆਪਣੇ ਟੈਸਟ ਵੀ ਕਰਵਾਈ ਜਾਣੇ ਜਿੱਦਾਂ ਜਿੱਦਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਿੰਦੇ ਜਿਵੇਂ ਕਹਿੰਦੇ ਉਸ ਨਾਲ ਦੇ ਨਾਲ ਹਾਂਜੀ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਵੀ ਸੀ ਹੈ ਨਾ ਹਾਂ ਸੀਗੀ ਕਿੰਨੀ ਪੁਰਾਣੀ ਸ਼ੂਗਰ ਸੀ ਤੁਹਾਨੂੰ ਮੈਂ ਤਾਂ ਪਹਿਲਾਂ 3-4 ਸਾਲ ਪਹਿਲਾਂ ਟੈਸਟ ਕਰਵਾਇਆ ਸੀ ਉਹਦੇ 'ਚ ਆਉਂਦੀ ਹੁੰਦੀ ਸੀ ਅਤੇ ਉਹਨੂੰ ਕੰਟਰੋਲ ਕਰਨ ਲਈ ਕੀ ਲੈਂਦੇ ਸੀ ਬਸ ਵੈਸੇ ਮਿੱਠਾ ਮੁੱਠਾ ਛੱਡਿਆ ਸੀ ਕੋਈ ਗੋਲੀ ਵਗੈਰਾ ਤਾਂ ਨਹੀਂ ਮੈਂ ਲੈਂਦਾ ਸੀ ਅੱਛਾ ਜੀ ਅਤੇ ਇਸ ਓਪਰੇਸ਼ਨ ਤੋਂ ਬਾਅਦ ਸ਼ੂਗਰ ਦੀ ਕੋਈ ਦਿੱਕਤ ਆਈ ਬਿਲਕੁਲ ਨਾਰਮਲ ਬਿਲਕੁਲ ਨਾਰਮਲ ਅਤੇ ਤੁਸੀਂ ਕਹਿੰਦੇ ਸੀ ਜਿਵੇਂ ਬੀਪੀ ਦੀ ਪ੍ਰੋਬਲਮ ਵੀ ਰਹਿੰਦੀ ਸੀ ਤਾਂ ਬੀਪੀ ਵੀ ਸੀ ਜੀ ਯੂਰਿਕ ਐਸਿਡ ਜਿਹਾ ਵੀ ਵੱਧਦਾ ਸੀ ਉਹਦੀ ਗੋਲੀ ਲੈਂਦੇ ਸੀ ਤੁਸੀਂ ਨਾ ਗੋਲੀ ਨਹੀਂ ਲੈਂਦਾ ਸੀ ਜੀ ਅੱਛਾ ਜੀ ਪਰ ਹੁਣ ਤੁਸੀਂ ਬਿਲਕੁਲ ਠੀਕ ਹੋ ਬਿਲਕੁਲ ਹਾਂ ਨਾ ਬੀਪੀ ਹੈ ਨਾ ਸ਼ੂਗਰ ਹੈ ਨਹੀਂ ਤੇ ਨਾ ਯੂਰਿਕ ਐਸਿਡ ਰਾਈਟ ਨਹੀਂ